ਮਾਸਟਰ ਕਿਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ ਵੀਡੀਓ ਚ ਗੱਲਬਾਤ ਕਰਾਂਗੇ ਅਧਿਆਪਕ ਬਦਲੀਆਂ 2023 ਦਾ ਜੋ ਪ੍ਰੋਸੈਸ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਦੋ ਗੇੜ ਜਿਹੜੇ ਪ੍ਰੋਪਰ ਮੁਕੰਮਲ ਹੋ ਚੁੱਕੇ ਨੇ ਲਗਭਗ ਤਾਂ ਹੁਣ 3704 ਅਤੇ 2392 ਅਧਿਆਪਕ ਯੂਨੀਅਨਾਂ ਨੇ ਜੋ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਹੈ ਆਪਣੀਆਂ ਬਦਲੀਆਂ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਇੱਕ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਉਹ ਵੀਡੀਓ ਚ ਆਪਾਂ ਤੁਹਾਡਾ ਸਾਰੀ ਗੱਲਬਾਤ ਦਾ ਜ਼ਿਕਰ ਕਰਾਂਗੇ ਕਿ ਕਿੰਨੀ ਤਰੀਕ ਨੂੰ ਕਦੋਂ ਕਿੱਥੇ ਤੇ ਇਹ ਪੱਕਾ ਮੋਰਚਾ ਕਿਵੇਂ ਲੱਗੇਗਾ ਜੇਕਰ ਉਹਨਾਂ ਦੀਆਂ ਅਧਿਆਪਕਾਂ ਦੀਆਂ ਬਦਲੀਆਂ ਜਿਹੜੀਆਂ ਪਹਿਲਾਂ ਨਹੀਂ ਹੁੰਦੀਆਂ ਤੁਸੀਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਲਾਸਟ ਤੱਕ ਧਿਆਨ ਨਾਲ ਸੁਣਨਾ ਤੇ ਬਹੁਤ ਸਾਰੇ ਸਾਥੀ ਇਦਾਂ ਦੇ ਵੀ ਹੋਣਗੇ ਜਿਹੜੇ ਇਸ ਚੈਨਲ ਤੇ ਨਵੇਂ ਹੋਣਗੇ ਤਾਂ ਉਹ ਮਾਸਟਰ ਕੇਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਜਿਹੜੀ ਉਹ ਪਹੁੰਚ ਸਕੇ ਦੇ ਨਾਲ ਬੈਲ ਆਈਕਨ ਬਟਨ ਪ੍ਰੈਸ ਕਰ ਦੇਣਾ ਤੇ ਇੱਕ ਆਪਣਾ ਟੈਲੀਗ੍ਰam ਗਰੁੱਪ ਦਾ ਲਿੰਕ ਉਸੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦਾਂਗੇ ਤੇ ਤੁਸੀਂ ਉਸ ਕਮੈਂਟ ਬਾਕਸ ਨੂੰ ਖੋਲ ਕੇ ਸਭ ਤੋਂ ਇੱਕ ਨੰਬਰ ਤੇ ਇੱਕ ਕਮੈਂਟ ਪੈਨ ਕੀਤਾ ਹੋਊ ਬਲੂ ਕਲਰ ਦਾ ਲਿੰਕ ਹੋਊ ਉਹਦੇ ਵਿੱਚ ਤੁਸੀਂ ਉਸ ਨੂੰ ਜੁਆਇਨ ਕਰ ਲਿਓ ਤਾਂ ਕਿ ਅਪਡੇਟਸ ਤੁਹਾਡੇ ਤੱਕ ਉੱਥੇ ਪਹੁੰਚਦੀਆਂ ਰਹਿਣ ਗੱਲਬਾਤ ਕਰਦੇ ਆ 37042392 ਅਧਿਆਪਕ ਯੂਨੀਅਨ ਵੱਲੋਂ ਇਕੱਠੇ ਹੋ ਕੇ ਇੱਕ ਸਾਂਝਾ ਪੱਕਾ ਮੋਰਚਾ ਲਾਉਣ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਹੈ ਉਨ੍ਹਾਂ ਵੱਲੋਂ ਸਰਕਾਰ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਜੇਕਰ 4 ਜੂਨ 2023 ਦੀ ਸੌਰੀ ਜੇਕਰ 4 ਜੂਨ 2023 ਤੱਕ ਉਹਨਾਂ ਦੀ ਬਦਲੀਆਂ ਦਾ ਜਿਹੜਾ ਪੋਰਟਲ ਆ ਉਹ ਨਹੀਂ ਖੁੱਲਿਆ ਜਾਂਦਾ ਤਾਂ 5 ਜੂਨ ਦਿਨ ਸੋਮਵਾਰ ਨੂੰ ਸਿੱਖਿਆ ਮੰਤਰੀ ਪੰਜਾਬ ਜੀ ਦੇ ਪਿੰਡ ਗੰਭੀਰਪੁਰ ਰਹਿਸ਼ ਵਿਖੇ ਜਿਹੜਾ ਇੱਕ ਪੱਕਾ ਮੋਰਚਾ ਸਮੂਹ ਅਧਿਆਪਕਾਂ ਵੱਲੋਂ ਵੱਧ ਤੋਂ ਵੱਧ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਲਾਇਆ ਜਾਊਗਾ ਤਾਂ ਇਹ ਇੱਕ ਤਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ 3704 ਅਤੇ 2392 ਦੇ ਹਰ ਇੱਕ ਅਧਿਆਪਕ ਤੱਕ ਇਹ ਵੀਡੀਓ ਪਹੁੰਚ ਸਕੇ ਜਿਦਾ ਤੁਹਾਨੂੰ ਵੀ ਪਤਾ ਕਿ ਆਪਣੀ ਜਿਹੜੀ ਦੂਰ ਦੂਰ ਸਟੇਸ਼ਨਾਂ 'ਚ ਮਿਲੇ ਹੋਇਆ ਤਾਂ ਇੱਕ 41 ਗੜ ਭਰਤੀ ਵੀ ਜਿਹੜੀ ਸਿਰੇ ਚੜਨ ਵਾਲੀ ਹੈ ਤਾਂ ਹੋ ਸਕਦਾ ਉਹਨਾਂ ਨੂੰ ਲੋਕਲ ਸਟੇਸ਼ਨ ਮਿਲ ਜਾਣ ਤੇ ਲੋਕਲ ਸਟੇਸ਼ਨ ਪਹਿਲਾਂ ਹੀ ਫਿਲ ਹੋ ਜਾਣਾ ਤਾਂ ਇਸ ਕਰਕੇ ਤੁਹਾਡੇ ਅੱਗੇ ਇਹ ਬੇਨਤੀ ਹੈ ਕਿ 4 ਜੂਨ ਨੂੰ ਤੱਕ ਜੇਕਰ ਸਰਕਾਰ ਨੇ ਆਪਣਾ ਪੋਰਟਲ ਆ ਜਿਹੜਾ ਨਹੀਂ ਖੋਲਿਆ ਬਦਲੀਆਂ ਦਾ ਤਾਂ 5 ਜੂਨ ਤੋਂ ਪੱਕਾ ਮੋਰਚਾ ਜਿਹੜਾ ਚੱਲੇਗਾ ਕਿਉਂਕਿ ਹੁਣ ਛੁੱਟੀਆਂ ਹੋ ਚੁੱਕੀਆਂ ਨੇ ਇੱਕ ਤਰੀਕ ਤੋਂ ਤਾਂ ਇਸ ਕਰਕੇ ਤੁਹਾਡਾ ਸਭ ਦਾ ਫਰਜ਼ ਬੰਦ ਹੈ ਕਿਸਾਨ ਜਥੇਬੰਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਤੋਂ ਵੀ ਇਹਦਾ ਸਹਿਯੋਗ ਦੀ ਜਿਹੜੀ ਅਪੀਲ ਕੀਤੀ ਜਾਊਗੀ ਉਹਨਾਂ ਤੋਂ ਵੀ ਸਹਿਯੋਗ ਲੈ ਜਾਊਗਾ 5 ਜੂਨ ਦਿਨ ਸੋਮਵਾਰ ਸਮਾਂ ਸਵੇਰੇ 11:30 ਵਜੇ ਸਥਾਨ ਪਿੰਡ ਗੰਭੀਰਪੁਰ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮੰਗਾ 3704 ਅਤੇ 2392 ਅਧਿਆਪਕਾਂ ਵਾਸਤੇ ਬਦਲੀਆਂ ਦਾ ਪੋਰਟਲ ਖਲਵਾਉਣਾ ਜਾਰੀ ਕਰਤਾ 3704 ਅਤੇ 2392 ਅਧਿਆਪਕ ਯੂਨੀਅਨ ਤਾਂ ਇਹ ਉਹ ਮੈਸੇਜ ਸੀਗਾ ਸਾਰਾ ਕਿ 4 ਜੂਨ ਤੱਕ ਜੇਕਰ ਆਪਣਾ ਪੋਰਟਲ ਨਹੀਂ ਖੁੱਲਦਾ ਤਾਂ 5 ਜੂਨ ਤੋਂ ਆਪਣਾ ਧਰਨਾ ਚੱਲੂਗਾ ਇਸ ਕਰਕੇ ਹੁਣ ਦੇਖੋ ਸਾਰੇ ਸਾਥੀ ਘਰਾਂ ਦੇ ਵਿੱਚ ਹੋਣਗੇ ਕਿਸੇ ਨੇ ਡਿਊਟੀ ਤੇ ਨਹੀਂ ਜਾਣਾ ਹੋ ਸਕਦਾ ਕੋਈ ਨਿੱਕੇ ਮੋٹے ਕੰਮ ਹੋਣਗੇ ਤਾਂ ਤੁਸੀਂ ਸਿਰਫ ਆਪਣਾ ਇੱਕ ਦੋ ਦਿਨ ਦੇ ਵਿੱਚ ਹੀ ਮੰਗਾ ਜਿਹੜੀ ਹੱਲ ਹੋ ਜੂਗੀ ਜਿਵੇਂ ਤੁਸੀਂ 41 ਕਾਟ ਦਾ ਧਰਨਾ ਦੇਖਿਆ ਉਹਨਾਂ ਨੇ ਦੋ ਦਿਨ ਧਰਨਾ ਦਿੱਤਾ ਸੀ ਗੰਬੀਰਪੁਰ ਪਿੰਡ ਦੇ ਵਿੱਚ ਤਾਂ ਦੂਸਰੇ ਦਿਨ ਉਹਨਾਂ ਨੂੰ ਧਰਨੇ ਦੇ ਬੈਠਣ ਨੂੰ ਟ੍ਰੇਨਿੰਗ ਦਾ ਜਿਹੜਾ ਉਹ ਲੈਟਰ ਜਾਰੀ ਕਰ ਦਿੱਤਾ ਸੀ ਸਰਕਾਰ ਵੱਲੋਂ ਆਪਾਂ ਵੀ ਜੇਕਰ ਚਾਹੁੰਦੇ ਆ ਵੀ ਤੁਹਾਡੀਆਂ ਬਦਲੀਆਂ ਹੋਣ ਜੇਕਰ ਤੁਹਾਨੂੰ ਲੱਗਦਾ ਵੀ ਆਪਣੀਆਂ ਬਦਲੀਆਂ ਹੋਣ ਤਾਂ ਆਪਾਂ ਨੂੰ ਇਹ ਕੰਮ ਕਰਨਾ ਪਊਗਾ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਹਨਾਂ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜਿਹੜਾ ਅਧਿਆਪਕ ਸਾਹਿਬਾਨ ਤੱਕ ਇਹ ਵੀਡੀਓ ਪਹੁੰਚ ਸਕੇ ਜੋ 2392 ਭਰਤੀ ਜਾਂ 3704 ਭਰਤੀ ਵਿੱਚ ਭਰਤੀ ਹੋਏ ਨੇ ਤੇ ਦੂਸਰਾ ਇੱਕ ਆਪਣੇ ਚੈਨਲ ਤੇ ਤੁਸੀਂ ਬਣੇ ਰਹੋ ਕੋਈ ਵੀ ਇਸ ਸੰਬੰਧ ਦੇ ਵਿੱਚ ਨਵੀਂ ਅਪਡੇਟ ਆਉਂਦੀ ਹੈ ਤਾਂ ਆਪਾਂ ਡਿਪਾਰਟਮੈਂਟ ਦੀ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਆਪਾਂ ਵੀਡੀਓ ਵਾਗੇ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆਂ ਫਿਲਹਾਲ ਦੇ ਲਈ ਇਹੀ ਅਪਡੇਟ ਸੀਗੀ ਕਿ 4 ਜੂਨ 2023 ਤੱਕ ਜੇਕਰ ਪੋਰਟਲ ਆਪਣਾ ਨਹੀਂ ਖੁੱਲਦਾ ਤਾਂ 5 ਜੂਨ ਤੋਂ ਪੱਕਾ ਮੋਰਚਾ ਪਿੰਡ ਗੰਭੀਰਪੁਰ ਜੋ ਪੱਕੀ ਰਹਾਇਸ਼ਾ ਐ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਜੀ ਦੀ ਉੱਥੇ ਧਰਨਾ ਲਾਇਆ ਜਾਊਗਾ ਹੋਰ ਵੀ ਜਥੇਬੰਦੀਆਂ ਤੋਂ ਸਹਿਯੋਗ ਜਿਹੜਾ ਲਾਇਆ ਜਾਊਗਾ ਫਿਲਹਾਲ ਇਹ ਅਪਡੇਟ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਤੇ ਬਣੇ ਰਹੋ ਥੈਂਕ